ਗੁਰੂ ਸਾਧ ਸੰਗਤ ਜੀ ਗੁਰੂ ਦੀ ਫਤਿਹ ਬਖਸ਼ੀ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵੀ ਦਾ ਕੰਮ ਹੈ ਜਿੱਥੇ ਪਹੁੰਚੇ ਨਾ ਰਵੀ ਉਥੇ ਪਹੁੰਚਦਾ ਹੈ ਕਵੀ ਜਿਹੜਾ ਥੋੜੇ ਸਮੇਂ ਚ ਗਾਗਰ ਦੇ ਸਾਗਰ ਉਹ ਕੰਮ ਹੈ ਕਵੀ ਦਾ ਟਾਈਮ ਕਦੀ ਕਿਸੇ ਕੋਲ ਘਟ ਨਹੀਂ ਹੁੰਦਾ ਮੈਂ ਜਿੰਨਾ ਕਵੀ ਟਾਈਮ ਲੈ ਰੇ ਸਭ ਨੂੰ ਸਬਦਾ ਟਾਈਮ ਕਵਰ ਕਰਕੇ ਮੈਂ 2-3 ਮਿੰਟਾਂ ਚ ਆਪਣੀ ਗੱਲ ਆਪ ਜੀ ਤੱਕ ਪਹੁੰਚਾ ਦੇਣੀ ਹੈ ਪੰਥ ਨੂੰ ਧਰਮ ਬਣਾਉਣ ਵਾਲਿਓ ਪੰਥ ਨੂੰ ਧਰਮ ਬਣਾਉਣ ਵਾਲਿਓ ਕਿਹੜਾ ਪੰਥ ਸੀ ਦਿਖਾਇਆ ਕਿਹੜਾ ਤੁਸੀਂ ਧਰਮ ਬਨਾਇਆ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਆਗਿਆ ਭਈ ਅਕਾਲ ਕੀ ਗੁਰੂ ਤਵੀ ਪੰਥ ਚਲਾਇਓ ਅਸੀਂ ਕਿਵੇਂ ਧਰਮ ਬਨਾਇਆ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਨਾ ਮਾਚੀ ਵਾਰੇ ਜੰਗਲਾਂ ਕੱਕਰ ਨਾ ਠੰਡਾ ਬੁਰਜ ਡੋਲਾਇਆ ਵੇਖ ਪੰਥ ਦੀਆਂ ویرਾਨੀਆਂ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਸਾਬਤ ਸੂਰਤ ਸੀ ਬਨਾਇਆ ਸਿਰਾਂ ਦਸਤਾਰ ਵੀ ਸਜਾਇਆ ਇਹਨੂੰ ਕਿਉਂ ਕੋਨੇ ਮੋਨੇ ਬਨਾਇਆ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਕੇਸਾਂ ਨੂੰ ਮੋਹਰ ਬਨਾਇਆ ਕੈਸਾ ਨੂੰ ਮੋਰ ਬਨਾਇਆ ਕੇਸਗੜ ਕਿਲਾ ਵੀ ਸਜਾਇਆ ਵੇਖ ਪੰਥ ਅੱਜ ਲੜਖੜਾਇਆ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਕੀਰਤ ਲਗਾਇਆ ਅਤੇ ਨਾਮ ਵੀ ਜਪਾਇਆ ਵੰਡ ਛਕੋ ਰਾਹ ਵੀ ਦਿਖਾਇਆ ਵੇਖ ਜਫੇ ਮਾਰ ਪ੍ਰਧਾਨਾ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਵਕਰੀ ਰਾਹ ਵਾਲਾ ਪੰਥ ਸਜਾਇਆ ਵਕਰੀ ਰਹਾ ਵਾਲਾ ਪੰਥ ਸਜਾਇਆ ਭਾਈ ਲਾਲੋ ਨੂੰ ਪੰਥ ਸੀ ਫੜਾਇਆ ਮਲਕ ਭਾਗੋ ਅਸੀਂ ਕਿਉਂ ਪ੍ਰਧਾਨ ਬਨਾਇਆ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਪਿਤਾ ਤੁਸਾਂ ਤੋਂ ਆਪਣਾ ਵਾਰਿਆ ਜਿੰਦਾਂ ਆਪਣੀਆਂ ਨੀਹਾਂ ਤੇ ਖਲਾਰੀਆਂ ਬੁੱਲ ਤੁਸੀਂ ਨੇ ਕੀ ਇਸ ਦਾ ਉਤਾਰਿਆ ਬੁੱਲ ਤੁਸੀਂ ਨੇ ਕੀ ਇਸ ਦਾ ਉਤਾਰਿਆ ਗੁਰੂ ਮੰਗ ਦਾ ਜਵਾਬ ਧਰਮ ਵਾਲਿਓ ਗੁਰੂ ਮੰਗ ਦਾ ਜਵਾਬ ਧਰਮ ਵਾਲਿਓ ਤੁਸੀਂ ਜਨਮ ਦਿਨ ਆਪਣਾ ਮਨਾਇਆ ਮਾਂ ਪਿਓ ਦੀਆਂ ਵਰ੍ਹਸੀਆਂ ਵੀ ਮਨਾਈਆਂ ਤਰੀਖਾਂ ਕਿਉਂ ਨਹੀਂ ਤੁਸੀਂ ਬਦਲਾਈਆਂ ਗੁਰੂ ਮੰਗ ਦਾ ਜਵਾਬ ਧਰਮ ਵਾਲਿਓ ਗੁਰੂ ਮੰਗ ਦਾ ਜਵਾਬ ਧਰਮ ਵਾਲਿਓ ਕੈਲੰਡਰਾਂ ਦਾ ਰੋਲਾ ਤੁਸੀਂ ਪਾਇਆ ਆਪਣੇ ਲਈ ਤੁਸੀਂ ਨਹੀਂ ਅਪਣਾਇਆ ਵੇ ਕਿਤੇ ਆਸ ਤੁਸੀਂ ਘੋਲਿਆ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ 12ਵਾਂ ਮਹੀਨਾ 22 ਤਰੀਕ ਦਸਮ ਪਿਤਾ અવਤਾਰ ਦੀ ਤਾਰੀਖ ਹਰ ਸਾਲ ਕਿਉਂ ਬਦਲੋ ਤਾਰੀਖ ਹਰ ਸਾਲ ਬਦਲੋ ਕਿਉਂ ਤਾਰੀਖ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਸੁੱਤੇ ਪਏ ਜਾਗੋ ਤੇ ਜਗਾਓ ਪੰਥੀ ਆਪਣਾ ਬਚਾਓ ਇਤਿਹਾਸ ਯਾਦ ਕਰੋ ਤੇ ਕਰਾਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਪੰਜ ਪਰਵਾਨ ਪੰਜ ਪ੍ਰਧਾਨ ਬਨਾਇਆ ਪੰਜ ਪਿਆਰਿਆਂ ਪੰਥ ਚਲਾਇਆ ਵੇਖ ਪੰਥ ਮਾਇਆ ਧਾਰੀਆਂ ਫਸਾਇਆ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਪੰਜ ਬਾਨੀਆਂ ਤੇ ਪੰਜ ਕਕਾਰਾਂ ਪੰਜ ਦਿਸ਼ਾਵਾਂ ਚੋਂ ਪੰਜ ਪਿਆਰਿਆਂ ਧਰਮ ਵਾਲਿਆਂ ਇੰਨਾ ਪੁਲਾਇਆ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਬਾਣੀ ਨਾ ਬਾਨਾ ਅਪਨਾਇਆ ਵੇਸ ਆਪਣਾ ਬਨਾਇਆ ਪਰਾਇਆ ਵੇਖ ਬਿਪਰਨ ਕੀ ਰੀਤ ਲਗਾਇਆ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਰੂਪ ਆਪਣਾ ਖਾਲਸੇ ਵਿੱਚ ਦਰਸਾਇਆ ਨਿਵਾਸ ਆਪਣਾ ਖਾਲਸੇ ਵਿੱਚ ਬਨਾਇਆ ਵੇਖ ਪੰਥ ਖਾਲਸੇ ਨੂੰ ਅੱਜ ਗਵਾਚੀਆਂ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਛਕਾ ਅੰਮ੍ਰਿਤ ਪੰਥ ਚਲਾਇਆ ਚਿੜੀਆਂ ਤੋਂ ਬਾਜ ਤੁੜਵਾਇਆ ਵੇਖ ਕੋ ਰਹਿਤੀਆਂ ਦੀਆਂ ਪਰਧਾਨੀਆਂ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਕਵਿਤਾ ਦਾ ਆਖਰੀ ਬੰਦ ਇਹ ਕਵਿਤਾ ਜਿਹੜੀ ਹੈ ਦਾ ਅਗਲੇ ਸਾਲ ਇਹਦਾ ਜਿਹੜਾ ਹੋਏਗਾ ਕਵਿਤਾ ਦੀ ਪੂਰੀ ਕਿਤਾਬ ਲਿਖੀ ਜਾਏਗੀ ਉਹਦਾ ਜਵਾਬ ਕਿਤਾਬ ਦਾ ਮੁੱਖ ਸਿਰਲੇਖ ਹੈਗਾ ਗੁਰੂ ਮੰਗਦਾ ਜਵਾਬ ਆਖਰੀ ਬੰਦ ਕਵਿਤਾ ਦਾ ਕਵੀਆਂ ਬਿਨਾ ਲਗਾਏ ਕੀਰਤਨ ਦਰਬਾਰ ਥਾਪੇ ਮੇਰੇ ਕਵੀਆਂ ਦਾ ਕੀਤਾ ਕੀ ਹਾਲ ਕਵੀਸ਼ਰਾਂ ਬਿਨਾ ਨਹੀਂ सजਨੇ ਦੀਵਾਨ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਗੁਰੂ ਮੰਗਦਾ ਜਵਾਬ ਧਰਮ ਵਾਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕ ਤੇ ਦਾਨ ਕੀ